ਸਾਲ ਸਾਰਿਆਂ ਨੂੰ ਮੇਰੇ ਕੋਲ ਤੋਂ ਬਾਪਾ ਕੋਲੇ ਤੋਂ ਸਨੋ ਕਿੰਨੀ ਪਈ ਹੋਈ ਆ ਆ ਵੀ ਸਕੁਸ਼ਿਕ ਪੁਰ ਆ ਸਾਡੇ ਨਾਲ ਗੱਲ ਕਰਦਾ ਸੀਗਾ ਸੋਸ਼ਲ ਮੀਡੀਆ ਤੇ ਬੜਾ ਟ੍ਰੋਲ ਹੋ ਰਿਹਾ ਵੰਸ਼ੂ ਤੇ ਆਪਣਾ ਐਂਜਲ ਸ਼ਰਮਾ ਹਨਾ ਤੇ ਬਾਕੀ ਆਪਣੇ ਆਪਣੇ ਵਿਊ ਆਪਾਂ ਇੱਥੇ ਆਪਣੇ ਵਿਊ ਜਿਹੜੇ ਨਹੀਂ ਆ ਕੇ ਵਲੌਗ ਬਣਾਉਣੇ ਹੱਥ ਠਰ ਗਏ ਪੂਰੇ ਵਲੌਗ ਬਣਾਉਣੇ ਵੀ ਕਿਹੜਾ ਸੌਖੇ ਪਏ ਆ ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਜਿਹੜੇ ਜਿਹੜੇ ਦੇਖ ਰਹੇ ਆ ਹੋਪ ਸੋ ਆ ਜਿਹੜੀ ਕਮਬੈਕ ਆਪਾਂ ਕਰਨ ਲੱਗੇ ਹਾਂ ਰੱਬ ਜ਼ਰੂਰ ਭਾਗ ਲਊਗਾ ਆਪਾਂ ਕੰਟੀਨਿਊਸਲੀ ਵਲੌਗ ਰੱਖਾਂਗੇ ਜ਼ਰੂਰ ਉਮੀਦ ਤਾਂ ਮੈਂ ਚਲੋ ਇਹੀ ਕਰਦਾ ਹਾਂ ਰੋਜ਼ ਸੋਚਦਾ ਹਾਂ ਕੱਲ੍ਹ ਨਾ ਯਾਰ ਦੇਖ ਰਿਹਾ ਸੀਗਾ ਵਲੌਗਸ ਉਹਦੇ ਆਪਣੇ ਪੁਰਾਣੇ ਦੇਖਦਾ ਪਿਆ ਸੀ ਵਲੌਗਸ 'ਤੇ ਬੜਾ ਮੋਟੀਵੇਸ਼ਨ ਮਿਲੀ ਮੈਂ ਕਿਹਾ ਯਾਰ ਕਿਉਂ ਇਹ ਰਾਹ ਛੱਡਿਆ ਅਤੇ ਉਹੀ ਦੁਬਾਰਾ ਆਪਾਂ ਮੈਂ ਕਿਹਾ ਸ਼ੁਰੂ ਕਰਦੇ ਹਾਂ ਹੋਪਸ ਤੁਹਾਨੂੰ ਜ਼ਰੂਰ ਪਸੰਦ ਆਊਗਾ ਅੱਜ ਦਾ ਦਿਨ ਸ਼ੁਰੂਆਤ ਕਰਨ ਜਾ ਰਹੇ ਹਾਂ ਅਤੇ ਤਿਆਰ ਪਰ ਤਿਆਰ ਹੋ ਕੇ ਤੁਹਾਡੇ ਨਾਲ ਤੁਹਾਡੇ ਨਾਲ ਨਹੀਂ ਤੁਹਾਡੇ ਮੂਹਰੇ ਖੜ੍ਹੇ ਹਾਂ ਅਤੇ ਅੱਜ ਸਕਿੱਪ ਸਭ ਤੋਂ ਪਹਿਲਾਂ ਮੈਂ ਸਕਿੱਪ ਦੀ ਸ਼ਿਫਟ ਚੱਕੀ ਸੀਗੀ ਸਕਿੱਪ ਦੀ ਸ਼ਿਫਟ ਲਾ ਕੇ ਅੱਜ ਮੇਰੀ ਗੱਡੀ ਸਰਵਿਸ ਦੀ ਅਪੁਆਇੰਟਮੈਂਟ ਆ ਬਾਕੀ ਸਾਰੇ ਦਿਨ ਵਿੱਚ ਜੋ ਜੋ ਹੋਇਆ ਤੁਹਾਨੂੰ ਜ਼ਰੂਰ ਦਿਖਾਵਾਂਗੇ ਵਲੌਗ ਦੇ ਨਾਲ ਜੁੜੇ ਰਹੋ ਹੋਪ ਸੋ ਬਹੁਤ ਵਧੀਆ ਲੱਗ ਪੈ ਰਹੀ ਹੈ ਤੁਸੀਂ ਦੇਖ ਸਕਦੇ ਹਾਂ ਗੱਡੀ ਆਪਾਂ 10 ਕੁ ਮਿੰਟ ਪਹਿਲਾਂ ਸਟਾਰਟ ਕਰ ਦਿੱਤੀ ਆ ਮੇਰੀ ਗੱਡੀ ਦੇ ਵਿੱਚ ਸਟਾਰਟਰ ਨਹੀਂ ਲੱਗਾ ਅਤੇ ਇਸ ਕਰਕੇ ਮੈਂ ਗੱਡੀ 10 ਕੁ ਮਿੰਟ ਪਹਿਲਾਂ ਸਟਾਰਟ ਕਰ ਦਿੰਦਾ ਹੁੰਦਾ ਸੋ ਮਤਲਬ ਚੰਗੀ ਤਰ੍ਹਾਂ ਵਾਰਮ ਅਪ ਜੀ ਹੋ ਜਾਵੇ ਅਤੇ ਬਾਕੀ ਦੇਖ ਸਕਦੇ ਤੁਸੀਂ ਗੱਡੀ ਤਾਂ ਚਲੋ ਐਂ ਨਾ ਕਹੋ ਬੜੀ ਗੰਦੀ ਆ ਤੁਹਾਨੂੰ ਪਤਾ ਹੀ ਆ ਹੁਣ ਠੰਡ ਦੇ ਵਿੱਚ ਧਵਾ ਲੂੰਗੇ ਮੈਂ ਸਕਿੱਪ ਵੀ ਨਾਲੋਂ ਨਾਲ ਕਰਦਾ ਹਾਂ ਉਸ ਕਰਕੇ ਫਿਰ ਗੰਦੀ ਜਲਦੀ ਹੋ ਜਾਂਦੀ ਹੈ ਇਸ ਕਰਕੇ ਮੈਂ ਪ੍ਰੈਫਰ ਕੀਤਾ ਨਾ ਹੀ ਧਵਾਵਾਂ ਮੈਂ ਕਿਹਾ ਛੱਡੋ ਪਰੇ ਇਹ ਹੁਣ ਚੱਲਦੇ ਹਾਂ ਕਿਹੜੀ ਤੇਰੀ ਬੇਇੱਜ਼ਤੀ ਕਰ ਰਿਹਾ ਮੈਨੂੰ ਦੱਸ ਜਰਾ ਇਹ ਵੀ ਆਪਣੀ ਅਪੁਆਇੰਟਮੈਂਟ ਤੇ ਚੱਲਾ ਆ ਇੰਨੀ ਸਨੋ ਨਹੀਂ ਪਈ ਜਿੰਨੀ ਚੱਕਣ ਲੱਗਾ ਇਹ ਤਾਂ ਹਵਾ ਦੇ ਨਾਲ ਹੀ ਉੱਡ ਜਾਣੀ ਮਾਮਾ ਸਾਡੇ ਪ੍ਰਭਜੋਤ ਭਾਜੀ ਆ ਇਹ ਵੀ ਚੱਲੇ ਅੱਜ ਇਹਨਾਂ ਦੀ ਅਪੁਆਇੰਟਮੈਂਟ ਕਾਹਦੀ ਅਪੁਆਇੰਟਮੈਂਟ ਆ ਸਕਿਨ ਕੇਅਰ ਦੱਸ ਦਿਓ ਮਾੜੀ ਮੋਟੀ ਕੀ ਸਿਸਟਮ ਆ ਇਹਦੇ ਵਿੱਚ ਉਹ ਨਹੀਂ ਡਾਕਟਰ ਤਾਂ ਦੱਸੂਗਾ ਆਪਣਾ ਦੱਸ ਦਿਓ ਕੀ ਕੀ ਮਤਲਬ ਕਿੱਥੇ ਅਪੁਆਇੰਟਮੈਂਟ ਬੁੱਕ ਕਰਾਈ ਹੈ ਵਿਨੀ ਪੈਕ ਚ ਅਪੁਆਇੰਟਮੈਂਟ ਨਾਲ ਹੀ 2 ਮਿੰਟ ਰਹਿ ਗਏ ਅੱਗੇ ਹੀ ਸੱਚੀ ਉਹ ਆ ਹੀ ਮਾੜਾ ਚਾਲਣਾ ਪਾ ਦਿਓ ਕਾਦੀ ਆ ਚਾਲਣਾ ਮੈਂ ਦੱਸ ਦਿਆਂ ਮੈਂ ਪਾ ਦਿੰਦਾ ਉਹ ਆ ਕੇ ਪਾਉਨੇ ਕੋਈ ਨਹੀਂ ਬੱਚੋ ਆਪਾਂ ਅਗਲੇ ਪੈਰ ਵੀ ਦੱਸ ਦਈਏ ਆ ਦੇਖੋ ਜਿੱਦਾਂ ਬਲਿੰਕ ਹੋਣ ਲੱਗ ਪਈਆਂ ਲਾਈਟਸ ਦਾ ਮਤਲਬ ਇਹ ਫਾਟਕ ਬੰਦ ਹੋਣ ਲੱਗਾ ਉਧਰੋਂ ਤੁਸੀਂ ਟ੍ਰੇਨ ਦੇਖ ਸਕਦੇ ਹੋ ਤੇ ਆ ਵੀ ਵਧੀਆ ਹੋ ਗਿਆ ਯਾਰ ਮੇਰੇ ਵਲੌਗ ਦੇ ਵਿੱਚ ਆ ਗਿਆ ਤੇ ਉਹਦੇ ਨਾਲ ਨਾਲ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੱਦਾਂ ਸਕੂਲ ਜ਼ੋਨ ਹੁੰਦੇ ਆ ਇੱਥੇ ਆ ਦੇਖੋ ਤੁਸੀਂ ਦੇਖ ਸਕਦੇ ਆ ਮੈਕਸਿਮਮ 30 ਦੀ ਸਪੀਡ ਆ ਆਪਣੀ ਮੰਡੇ ਤੋਂ ਫਰਾਈਡੇ ਸਵੇਰ ਦੇ 7 ਵਜੇ ਤੋਂ 5:30 ਵਜੇ ਤੱਕ ਇੱਥੇ ਮੈਨੂੰ ਇੱਕ ਟਿਕਟ ਆਈ ਹੋਈ ਆ ਚਲੋ 1.5 ਸਾਲ ਦੇ ਵਿੱਚ ਇੱਕ ਆਈ ਆ ਤੇ ਉਹ ਵੀ ਮੇਰੀ ਗਲਤੀ ਨਹੀਂ ਸੀਗੀ ਪਰ ਪਤਾ ਨਹੀਂ ਚਲੋ ਰੱਬ ਜਾਣਦਾ ਕੀ ਚੱਕਰ ਆ ਘਰ ਦੇ ਕੋਲ ਹੀ ਪਲਾਜ਼ਾ ਦੇ ਵਿੱਚ ਹੀ ਕੁਝ ਕੰਸਟਰਕਸ਼ਨ ਚੱਲ ਰਹੀ ਆ ਮੇਬੀ ਕੁਝ ਵਧੀਆ ਚੱਲ ਰਿਹਾ ਤੇ ਮੈਂ ਤਾਂ ਉਹਦਾ ਸੁਣਾ ਭੁੱਲ ਗਿਆ ਸੱਚ ਘਰੋਂ ਮੈਂ ਸਕਿੱਪ ਆਨ ਕੀਤੀ ਸੀਗੀ ਤੇ ਕੁਦਰਤੀ ਰੱਬ ਵੱਲੋਂ ਬਹੁਤ ਸੋਹਣੀ ਸ਼ੁਰੂਆਤ ਹੋਈ ਆ $25 ਦਾ ਮੈਨੂੰ ਆਰਡਰ ਆ ਗਿਆ ਤੇ 5 ਕਿਲੋਮੀਟਰ ਆ ਇਸ ਮੰਥ ਦਾ ਹਾਈਐਸਟ ਆਰਡਰ ਕਹਿ ਸਕਦੇ ਆ ਕਿਉਂਕਿ ਮੈਨੂੰ $25 ਤੋਂ ਥੱਲੇ ਹੀ ਆਰਡਰ ਆਇਆ $25 ਤੋਂ ਉੱਤੇ ਨਹੀਂ ਆਏ ਤੇ ਹੁਣ ਮੇਰੀ ਰੈਸਟੋਰੈਂਟ ਪਹੁੰਚ ਚੁੱਕੇ ਹਾਂ ਕਿਉਂਕਿ ਘਰ ਦੇ ਕੋਲ ਹੀ ਸੀ ਤੇ ਘਰ ਦੇ ਕੋਲ ਹੀ ਡ੍ਰੌਪ ਆਫ ਕਰਨਾ ਆ ਇੱਥੋਂ ਚੱਕ ਕੇ ਹੁਣ ਡ੍ਰੌਪ ਆਫ ਕਰਦੇ ਪਾਰਕ ਵਿੱਚ ਲਾ ਦਿੱਤੀ ਆਪਾਂ ਤੇ ਆ ਪੀਤਾ ਪੀਤਾ ਰੈਸਟੋਰੈਂਟ ਆ ਇੱਥੋਂ ਆਪਾਂ ਚੱਕਣਾ ਆਪਾਂ ਬੈਗ ਆਪਣਾ ਚੱਕ ਲਿਆ ਬਸ ਅੰਦਰ ਜਾ ਕੇ ਆਰਡਰ ਨੰਬਰ ਹੀ ਦੱਸਣਾ ਆ ਮੈਨੂੰ ਆਰਡਰ ਨੰਬਰ ਦੱਸਣਾ ਤੇ ਉਹਨਾਂ ਨੂੰ ਦੇ ਦੇਣਾ ਹੈ ਸੋ ਆਰਡਰ $25 ਦਾ ਵੀ ਨਹੀਂ ਵਜਿਆ ਇਹ ਤਾਂ ਪਤਾ ਨਹੀਂ ਪਾਰਟੀ ਚੱਲ ਰਹੀ ਉਹਨਾਂ ਦੇ ਘਰੇ 5 ਵੱਡੇ ਡੱਬੇ ਆ ਚਲੋ ਵੱਡਾ ਬੈਗ ਨੂੰ ਲੈ ਕੇ ਜਾਂਦੇ ਹਾਂ ਅੰਦਰ ਹਾਂ ਗੱਡੀ 'ਚ ਰੱਖਦੇ ਹਾਂ ਆਪਾਂ ਵੱਡੇ ਬੈਗ ਬੂਗ ਆਪਾਂ ਨਾਲ ਹੀ ਰੱਖੀ ਦੇ ਆ ਭੋਲਾ ਹੋ ਗਏ ਇਹ ਵੀ ਵਿਚਾਰਾ ਬਹੁਤ ਟਾਈਮ ਤੋਂ ਕੱਢਿਆ ਨਹੀਂ ਸੀ ਅੱਜ ਕੱਢਣ ਜਾ ਰਹੇ ਹਾਂ ਅਤੇ ਆਹ ਦੇਖੋ ਬੈਗ ਆਪਾਂ ਚੱਕ ਲਿਆ ਵੱਡਾ ਹੁਣ ਇਹਦੇ ਵਿੱਚ ਹੋਪ ਸੋ ਆ ਜਾਊਗਾ ਨਹੀਂ ਤਾਂ ਜਿਹੜਾ ਛੋਟੇ ਵਾਲਾ ਬੈਗ ਆ ਉਹ ਫਿਰ ਮੈਨੂੰ ਲੈ ਕੇ ਜਾਣਾ ਪੈਣਾ ਇਹਦੇ ਵਿੱਚ ਪੈਕ ਕਰ ਲਿਆ ਅਤੇ ਆਹ ਵਾਈਟ ਜਿਹੜਾ ਬੈਗ ਆ ਉਹ ਆਪਾਂ ਸਿੰਪਲ ਜਿਹੜਾ ਬਲੈਕ ਮੇਰੇ ਕੋਲ ਛੋਟੇ ਵਾਲਾ ਬੈਗ ਉਹਦੇ ਵਿੱਚ ਆਪਾਂ ਪੈਕ ਕਰ ਲੈਣਾ ਇਹਦੀ ਹਾਲਤ ਥੋੜ੍ਹੀ ਜਿਹੀ ਇੱਦਾਂ ਦੀ ਹੈ ਇਸ ਕਰਕੇ ਮੈਂ ਅੰਦਰ ਕੈਮਰਾ ਨਹੀਂ ਮਾਰਿਆ ਕਿਉਂਕਿ ਸਨੋ ਕਰਕੇ ਤੁਹਾਨੂੰ ਦੱਸਿਆ ਹੀ ਸੀ ਆਪਾਂ ਛੋਟੇ ਬੈਗ ਦੇ ਵਿੱਚ ਪਾ ਲਿਆ ਅਤੇ ਆਪਾਂ ਹੁਣ ਰੈਡੀ ਟੂ ਗੋ ਹਾਂ ਵੈਸੇ ਆਰਡਰ ਦੇ ਹਿਸਾਬ ਨਾਲ ਗੁੱਡ ਆ ਪਏ ਆਪਾਂ ਗੈਸ ਪਵਾਉਣ ਆਏ ਸੀਗੇ ਹਾਂ ਬਾਈ ਬ੍ਰੋ ਗੁੱਡ ਕੈਨ ਆਈ ਟੇਕ ਯੂ ਇਨ ਮਾਈ ਵਲੌਗ ਵਾਈ ਨਾਟ ਯੂ ਡੋਨਟ ਲਾਈਕ ਐਨੀਵੇਜ਼ ਉਹ ਚਾਹੁੰਦਾ ਨਹੀਂ ਸੋ ਜਸਟ ਫਾਰ $30 ਪ੍ਰੀਮੀਅਮ ਪਲੀਜ਼ Yeah. How's going everything? Good? Should be better. Yeah. Should be better? Should be better.
ਵਾਈ ਨਾਟ ਆਲਵੇਸ ਗੁੱਡ ਇਸ ਟਾਈਮ ਆਪਾਂ ਹੁਣ ਗੈਸ ਪਵਾ ਰਹੇ ਹਾਂ ਸਾਡੇ ਨਾਲ ਅੰਕਲ ਜੀ ਸਾਡੇ ਨਾਲ ਜੁੜੇ ਚੁੱਕੇ ਅਤੇ ਸ਼ਾਵਲਿੰਗ ਕਰ ਰਹੇ ਸੀਗੇ ਕਾਫੀ ਏਜ ਵੀ ਹੋ ਜਾਂਦੀ ਆ ਪਰ ਸਟਿਲ ਫਿਰ ਵੀ ਹਾਰਡ ਵਰਕ ਇੱਥੇ ਕਰਨਾ ਪੈਂਦਾ ਕਨੇਡਾ ਦੇ ਵਿੱਚ ਸੋ ਸਾਡੇ ਨਾਲ ਅੰਕਲ ਜੀ ਜੁੜ ਚੁੱਕੇ ਆ ਅੰਕਲ ਜੀ ਇਹ ਐਡਰੈਸ ਨੰਬਰ ਕੀ ਆ 570 ਪੈਨਟ ਰੋਡ ਸੋ ਅੰਕਲ ਜੀ ਨੇ ਦੱਸਿਆ ਅਤੇ ਮੇਰੇ ਘਰ ਦੇ ਕੋਲ ਹੀ ਲੋਕੇਸ਼ਨ ਅੰਕਲ ਜੀ ਨੇ ਨੰਬਰ ਤੁਹਾਨੂੰ ਦੱਸ ਦਿੱਤਾ ਅਤੇ ਇੱਥੇ ਆਓ ਜ਼ਰੂਰ ਕਿਉਂਕਿ ਇੱਥੇ ਵੈਸੇ ਵੀ ਤੁਹਾਨੂੰ ਬਾਕੀਆਂ ਵਿਨੀਪੈਗ ਦੇ ਵਿੱਚ ਮਤਲਬ ਮੋਸਟਲੀ ਮੈਂ ਮਤਲਬ ਜਾਣਾ ਸ਼ੈਲ ਅਤੇ ਇੱਥੇ ਆਪਾਂ ਨੂੰ ਰੇਟ ਘੱਟ ਮਿਲਦਾ ਸੋ ਜ਼ਰੂਰ ਆਓ ਤੇ ਬਹੁਤ ਵਧੀਆ ਅੰਕਲ ਜੀ ਤੁਹਾਨੂੰ ਮਿਲ ਕੇ ਚੰਗਾ ਲੱਗਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਹੈ ਨਾ ਤੁਸੀਂ ਸਰ ਤੁਹਾਨੂੰ ਨਾਲ ਨਾਲ ਇਹ ਵੀ ਦਿਖਾ ਦਿੰਦੇ ਹਾਂ ਦੇਖੋ ਤੁਸੀਂ ਸਨੋਅ ਸਾਫ਼ ਕਰਨ ਵਾਲੀਆਂ ਜਿਹੜੀਆਂ ਮਸ਼ੀਨਾਂ ਆ ਪੰਜਾਬੀ ਵਿੱਚ ਆਪਾਂ ਬੁਲਡੋਜ਼ਰ ਕਹਿ ਜਾਂਦੇ ਹਾਂ ਇਹਨੂੰ ਪਤਾ ਨਹੀਂ ਇਹ ਬੁਲਡੋਜ਼ਰ ਆ ਜਾਂ ਪਤਾ ਨਹੀਂ ਦੂਜੀ ਮਸ਼ੀਨ ਹੁੰਦੀ ਹੈ ਸੋ ਆਪਣਾ ਪੂਰਾ ਇਹ ਕਿਰਦਾਰ ਨਿਭਾਉਂਦੇ ਹੋਏ ਇਸ ਟਾਈਮ ਕਿਉਂਕਿ ਸਨੋਅ ਦਾ ਸੀਜ਼ਨ ਆ ਅਤੇ ਹੁਣ ਸਨੋਅ ਸਨੋਅ ਹਟ ਗਈ ਹੈ ਅਤੇ ਇਹ ਸਾਈਡ ਵਾਕਸ ਤੋਂ ਜਾਂ ਲਾਈਕ ਸਾਈਡ ਤੋਂ ਸੜਕਾਂ ਦੀਆਂ ਸਾਈਡ 'ਤੇ ਜਿਹੜੀ ਇਕੱਠੀ ਹੁੰਦੀ ਸਨੋਅ ਉਹ ਸਾਫ਼ ਕਰ ਰਹੇ ਆ ਹਾਲੇ ਇੱਕ ਹੋਰ ਆਈਟਮ ਦਿਖਾਉਂਦੇ ਹਾਂ ਦੇਖਿਓ ਪੇਸ਼ ਕਰਦੇ ਹਾਂ ਹਾਏ ਦੇਅਰ ਹਾਏ ਇਟਸ ਅ ਸਕਿਪ ਆਰਡਰ 2227 ਪਲੀਜ਼ 2227 ਸੋਰੀ ਸ਼ੋਰ ਸ਼ੋਰ ਜਿੰਨਾ ਮਰਜ਼ੀ ਟਾਈਮ ਲਓ ਮੈਂ ਗਿਆ ਥੈਂਕ ਯੂ ਸੋ ਇੱਦਾਂ ਸਕਿਪ ਆਰਡਰ ਦਾ ਰੈਸਟੋਰੈਂਟ ਦੀ ਇੰਸਟਰਕਸ਼ਨ ਸੀਗੀ ਉਹ ਕਹਿੰਦੇ ਸੀਗੇ ਕਿ ਡਰਾਈਵ ਥਰੂ ਦੇ ਵਿੱਚੋਂ ਤੁਸੀਂ ਪਿਕਅਪ ਕਰਿਓ ਮੈਂ ਕਿਹਾ ਜ਼ਰੂਰ ਤੁਸੀਂ ਕਿਹਾ ਤਾਂ ਅਸੀਂ ਆਏ ਨਹੀਂ ਨਾਲੇ ਸੌਖਾ ਗੱਡੀ 'ਚ ਬੈਠ ਕੇ ਬਸ ਐਂ ਕਰਕੇ ਐਂ ਧਰ ਦੇਣਾ ਸਮਾਨ ਹੈਲੋ 222 ਸਰ ਦੈਟਸ ਐਵਰੀਥਿੰਗ ਜੀ ਯੂ ਐਸ ਵੈਲ ਜੀ ਥੈਂਕ ਕਿਹਾ ਜਾਵੇ ਤਾਂ ਇਹ ਸਿਫਤ ਕਰਨ ਵਾਲੀ ਜ਼ਰੂਰ ਗੱਲ ਬਣਦੀ ਮਤਲਬ ਸਿਫਤ ਵਾਲੀ ਗੱਲ ਬਣਦੀ ਕਿਹੜੀ ਇਹ ਵੀ ਦੱਸ ਦਿੰਦੇ ਹਾਂ ਯਾਰ ਕਈ ਰੈਸਟੋਰੈਂਟ 'ਤੇ ਜਾਓ ਨਾ ਇੱਥੇ ਮਤਲਬ ਮੈਂ ਉਹ ਗੱਲ ਕਰਦਾ ਪਿਆ ਹਾਂ ਕੋਈ ਗੁੱਸਾ ਕਰਨ ਵਾਲੀ ਗੱਲ ਨਹੀਂ ਆ ਕਈ ਰੈਸਟੋਰੈਂਟਾਂ ਦੇ ਵਿੱਚ ਆਪਾਂ ਜਾਂਦੇ ਹਾਂ ਮਤਲਬ ਪੁਆਇੰਟ ਆਊਟ ਨਹੀਂ ਕਰਦੇ ਕਿ ਇਕੱਲੀ ਕੁੜੀਆਂ ਜਾਂ ਇਕੱਲੇ ਮੁੰਡੇ ਆਪਾਂ ਮੈਂ ਉਹ ਗੱਲ ਕਰਦਾ ਪਿਆ ਆਪਣੇ ਪੁਆਇੰਟ ਆਫ ਵਿਊ ਦੇ ਨਾਲ ਕਿ ਮਤਲਬ ਸਕਿਪ ਵਾਲਿਆਂ ਨੂੰ ਤਾਂ ਇਹ ਐਂ ਸਮਝਦੇ ਆ ਕਈ ਵਾਰੀ ਤਾਂ ਮਤਲਬ ਕਈ ਰੈਸਟੋਰੈਂਟਾਂ 'ਤੇ ਕਿ ਭਾਈ ਪਤਾ ਨਹੀਂ ਮਤਲਬ ਕੌਣ ਆ ਗਿਆ ਬਸ ਔਡਰ ਨੰਬਰ ਪੁੱਛ ਕੇ ਠੀਕ ਆ ਜੀ ਔਡਰ ਦਿੱਤਾ ਕੋਈ ਥੈਂਕ ਯੂ ਨਹੀਂ ਕੋਈ ਕੁਛ ਨਹੀਂ ਥੈਂਕ ਯੂ ਮਤਲਬ ਗ੍ਰੀਟ ਕਰ ਦੇਵੇ ਸੋਹਣਾ ਜਿਹਾ ਤਾਂ ਵਧੀਆ ਲੱਗਦਾ ਯਾਰ ਦਿਨ ਸੁੱਕੇ ਹੁਣ ਬਸ ਸਰਵਿਸ ਕਰਾਉਣ ਚੱਲ ਰਹੇ ਹਾਂ ਥੋੜ੍ਹੀ ਦੇਰ ਤੱਕ ਮੇਰੀ ਸ਼ਿਫਟ ਜਿਹੜੀ ਓਵਰ ਹੋਣ ਵਾਲੀ ਆ 12:50 ਹੋ ਗਏ ਆ ਅਤੇ ਇਸ ਤੋਂ ਬਾਅਦ ਮੇਰੀ ਸਕਿਪ ਦੀ ਸ਼ਿਫਟ ਜਦੋਂ ਓਵਰ ਹੋ ਗਈ ਆਪਾਂ ਸਿੱਧਾ ਹੀ ਭਾਜੀ ਕੋਲ ਭਾਜੀ ਨੂੰ ਫੋਨ ਕਰਤਾ ਮੈਂ ਕਿਹਾ ਭਾਜੀ ਆ ਰਹੇ ਹਾਂ ਸੋ ਸਕਿਪ ਕਰਦੇ ਕਰਦੇ ਆਪਾਂ ਨੂੰ ਲੱਗ ਗਈ ਸੀ ਭੁੱਖ ਮੈਂ ਕਿਹਾ ਔਡਰ ਕੀਤਾ ਜਾਵੇ ਕੁਛ Hi, what can I get for you? Hi, can I have one egg and cheese on a biscuit? One egg and cheese on a homestyle biscuit with a hash brown and small steep tea. Small steep tea. Yeah, with the half cream, half milk, half sugar, half sweetener. Half cream. Half cream? Yeah. Half a sugar? Okay. Half a milk? What was the last one? Half a milk? Okay. Half a honey? Okay. Yeah, that's all half. ਲੱਭਣੀ ਬੜੀ ਔਖੀ ਹੈ ਯਾਰ ਡਾਊਨ ਟਾਊਨ ਚ ਕਹਿੰਦੇ ਲੋਕੀ ਲੱਭਦੇ ਨੀ ਇੱਥੇ ਕਈ ਵਾਰੀ ਉਹਦੇ ਵਿੱਚ ਨੀ ਲੱਭਦੀ ਯਾਰ ਪਲਾਜ਼ਿਆਂ ਦੇ ਵਿੱਚ ਹੀ ਤੁਹਾਨੂੰ ਵੀ ਆਰਾਮ ਦਾ ਦਾਨ ਬਖਸ਼ ਦੀਆਂ 2 ਮਿੰਟ ਲਈ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਪਹਿਲਾਂ ਤਾਂ ਜਿਹੜੇ ਵੀ ਆਪਣਾ ਆਪਣਾ ਪੁਆਇੰਟ ਆਫ ਵਿਊ ਦੇ ਰਹੇ ਆ ਬਿਲਕੁਲ ਸਾਰਿਆਂ ਦੇ ਆਪਣੇ ਆਪਣੇ ਪੁਆਇੰਟ ਆਫ ਵਿਊ ਆ ਕਿਸੇ ਨੂੰ ਆਪਾਂ ਨੈਗੇਟਿਵ ਨਹੀਂ ਕਹਿ ਸਕਦੇ ਪਰ ਬਸ ਮੈਂ ਇੱਕ ਇਹੀ ਮੈਸੇਜ ਦੇਣਾ ਚਾਹੁੰਦਾ ਦੇਖੋ ਮੇਰੇ ਵੀ ਪੁਆਇੰਟ ਪੂਰੇ ਮਤਲਬ ਐਕਸਪੀਰੀਅੰਸ ਪੂਰਾ ਹੋਇਆ ਪਿਆ ਉੱਪਰ ਹੋਇਆ ਪਿਆ ਹਨਾ ਚਾਹੇ ਇੱਕ ਦਿਨ ਹੋਇਆ ਪਿਆ ਚਾਹੇ 2 ਦਿਨ ਚਾਹੇ 2 ਸਾਲ ਐਕਸਪੀਰੀਅੰਸ ਪੂਰਾ ਹੋਇਆ ਹਨਾ ਪਰ ਉਹ ਗੱਲ ਨਹੀਂ ਭਾਜੀ ਦੇਖੋ ਕਈ ਬੋਲ ਰਹੇ ਆ ਜੀ ਕਿ ਐਂ ਤੁਹਾਨੂੰ ਥਾਲੀ ਪਰੋਸ ਕੇ ਨਹੀਂ ਦੇਣਾ ਜੀ ਪਿਛਲੇ ਤੋਂ ਪਿਛਲੇ ਭਾਜੀ ਆ ਰਹੇ ਹਨਾ ਆਏ ਸੀਗੇ ਚਲੋ ਆਪਾਂ ਨਿਰਾਦਰ ਨਹੀਂ ਕਰਦੇ ਭਾਜੀ ਦੇ ਵਿਊ ਦਾ ਸਿੰਪਲ ਉਹ ਗੱਲ ਕਰਦੇ ਹਾਂ ਕਿ ਭਾਜੀ ਦੇਖੋ ਜਿਹੜੇ ਹੋਏ ਹੁੰਦੇ ਆ PR ਮਤਲਬ ਜਿਹੜੀ ਚੀਜ਼ ਜਿਹਨੂੰ ਮਿਲ ਜਾਂਦੀ ਹੈ ਨਾ ਉਹਨੂੰ ਐਂ ਹੋਣ ਲੱਗ ਪੈਂਦਾ ਘਮੰਡ ਹੋਣ ਲੱਗ ਪੈਂਦਾ ਜਾਂ ਘਮੰਡ ਕਹਿ ਸਕਦੇ ਹਾਂ ਅਤੇ ਉਹਨੂੰ ਪਿਛਲਾ ਮਤਲਬ ਚੀਜ਼ ਭੁੱਲ ਜਾਂਦੀ ਆ ਜੇ ਉਹ ਭਾਜੀ ਹੋਣੀ ਹੁਣ ਸਾਡੀ ਸਿਚੁਏਸ਼ਨ 'ਤੇ ਹੁੰਦੇ ਤਾਂ ਭਾਜੀ ਨੂੰ ਜ਼ਰੂਰ ਪਤਾ ਲੱਗ ਜਾਣਾ ਸੀਗਾ ਜੇ ਆਪਾਂ ਪ੍ਰੋਟੈਸਟ ਦੀ ਗੱਲ ਕਰਦੇ ਹਾਂ ਭਾਜੀ ਉੱਥੇ ਜਾ ਕੇ ਸਿੰਪਲ ਸਾਰਿਆਂ ਨੇ ਹਨਾ ਮਤਲਬ ਰਿਸਪੈਕਟ ਭਰੀ ਮਤਲਬ ਸਪੀਚਾਂ ਆਪਣੀ ਆਪਣੀ ਦਿੱਤੀਆਂ ਸਾਰਿਆਂ ਆਪਣੇ ਆਪਣੇ ਸਾਰਿਆਂ ਨੇ ਵਿਊ ਪੁਆਇੰਟ ਦਿੱਤੇ ਹਨਾ ਇੱਦਾਂ ਉੱਦਾਂ ਹਨਾ ਦੇਖੋ ਹਰ ਇੱਕ ਚੀਜ਼ ਦਾ ਪੋਜ਼ਿਟਿਵ ਵੀ ਹੈ ਨੈਗੇਟਿਵ ਹੈ ਤੁਸੀਂ ਹੁਣ ਤੁਸੀਂ ਸੋਚ ਹੀ ਨੈਗੇਟਿਵ ਰਹੇ ਹਾਂ ਅਤੇ ਹਨਾ ਮਤਲਬ
ਕੀ ਕਰ ਸਕਦੇ ਜੇ ਪ੍ਰੋਟੈਸਟ ਦਾ ਆਪਾਂ ਪੋਜ਼ਿਟਿਵ ਸੋਚੀਏ ਤਾਂ ਉਹਦਾ ਕੀ ਪਤਾ ਉਹਦੇ ਨਾਲ ਜਿਹੜਾ ਗੌਰਮੈਂਟ ਦੇ ਉੱਤੇ ਕੋਈ ਵਧੀਆ ਇੰਪੈਕਟ ਪੈ ਸਕਦਾ ਹਨਾ। ਜੇ ਤੁਸੀਂ ਸੋਚਣਾ ਹੀ ਨੈਗੇਟਿਵ ਆ ਜੀ ਕਿ ਹਾਂ ਥਾਲੀਆਂ 'ਚ ਪਰੋਸ ਕੇ ਆ ਜੇ ਆ ਬੋ ਆ, ਉਹ ਤਾਂ ਫਿਰ ਕੋਈ ਗੱਲ ਨਹੀਂ ਬਣੀ ਹਨਾ। ਆਪਾਂ ਹੰਬਲ ਰਹੀਏ, ਹਰ ਇੱਕ ਨਾਲ ਹੰਬਲ ਰਹੀਏ ਹਨਾ। ਜੇ ਆਪਾਂ ਇਹ ਵੀ ਗੱਲ ਕਰੀਏ ਚਲੋ ਪੁਆਇੰਟ ਦਾ ਕੀ ਹੈ, ਚਲੋ ਜਿਹੜਾ ਇਹ ਤਾਂ ਸਾਰੀਆਂ ਮਤਲਬ ਬਣਾਈਆਂ ਹੋਈਆਂ ਇਨਸਾਨ ਦੀਆਂ ਚੀਜ਼ਾਂ ਹਨਾ, ਆਪਾਂ ਰੱਬ ਦੇ ਉੱਤੇ ਪਹਿਲਾਂ ਭਰੋਸਾ ਰੱਖੀਏ ਹਨਾ। ਆ ਪੁਆਇੰਟ ਪੁਆਇੰਟ ਤਾਂ ਰੱਬ ਨੇ ਨਹੀਂ ਬਣਾਏ, ਇਨਸਾਨ ਨੇ ਬਣਾਏ ਆ, ਆਈ ਮੀਨ ਗੌਰਮੈਂਟ ਨੇ ਬਣਾਇਆ, ਗੌਰਮੈਂਟ ਨੇ ਬਣਾਇਆ ਤੇ ਸਾਰਾ ਕੁਛ ਹਨਾ ਆਪਾਂ ਬਣਾਏ ਹੋਏ, ਮਤਲਬ ਜੋ ਵੀ ਆਪਾਂ ਉਹ ਨੀਡ ਨੂੰ ਕਵਰ ਕਰਨਾ ਹਨਾ। ਤੇ ਬਾਕੀ ਮਤਲਬ ਉਹੀ ਗੱਲ ਲੈਣਾ ਭਾਜੀ, ਆਪਾਂ ਮਤਲਬ ਜਦੋਂ ਰੱਬ ਨੇ ਚਾਹਿਆ ਹੋ ਜਾਣਾ ਪੱਕਾ, ਪਰ ਐਂ ਆ ਮਤਲਬ ਕੋਈ ਨੈਗੇਟਿਵ ਨਾ ਬੋਲੋ, ਕੋਈ ਮਤਲਬ ਐਂ ਨਾ ਕਹੋ ਹਨਾ ਕਿ ਇਹ ਕਿਉਂ ਕੀਤਾ ਜੇ ਆ ਬੋ ਹਨਾ। ਤੇ ਬਾਕੀ ਰਹੀ ਗੱਲ ਜਿਹੜੀ ਆਪਾਂ ਕਰਦੇ ਹਾਂ ਕਿ ਇੱਥੋਂ ਚੱਲ ਜਾਂਦੇ ਆ, ਮੂਵ ਹੋ ਜਾਂਦੇ ਆ, ਜੇ ਆ ਬੋ ਆ ਹਨਾ, ਭਾਜੀ ਕੋਈ ਆਪਣੇ ਮਤਲਬ ਮੈਂ ਇਹੀ ਕਹਿਣਾ ਚਾਹੁੰਦਾ ਕੋਈ ਵੀ ਮਤਲਬ ਮੂੰਹ ਚੱਕ ਕੇ ਨਹੀਂ ਮੂਵ ਹੁੰਦਾ, ਜਾਂ ਮਤਲਬ ਕੋਈ ਆਪਣਾ ਫਿਊਚਰ ਵਧੀਆ ਦੇਖ ਕੇ ਹੀ ਮੂਵ ਹੁੰਦਾ। ਕਿਸੇ ਨੂੰ ਵਧੀਆ ਜੋਬ ਇੱਥੇ ਮਿਲਦੀ ਭਾਜੀ ਉਹ ਇੱਥੇ ਸਟੇਅ ਕਰ ਰਿਹਾ, ਕਿਸੇ ਨੂੰ ਵਧੀਆ ਓਪਰਚੁਨਿਟੀ ਜਿੱਥੇ ਮਿਲਦੀ ਉਹ ਉੱਥੇ ਸਟੇਅ ਕਰ ਰਿਹਾ ਹਨਾ। ਨਿੰਦਣ ਵਾਲੇ ਵੀ ਹੈਗੇ ਆ ਭਾਜੀ, ਬਾਕੀ ਵਧੀਆ ਭਲਾ ਕਹਿਣ ਵਾਲੇ ਵੀ ਹੈਗੇ ਆ। ਸੋ ਆਪਾਂ ਨੂੰ ਇਹ ਆਪਣੇ 'ਤੇ ਡਿਪੈਂਡ, ਆਪਾਂ ਵਧੀਆ ਭਲਾ ਦੇਖਣ ਵਾਲੇ ਨੂੰ ਦੇਖਾਂਗੇ ਜਾਂ ਨਿੰਦਣ ਵਾਲਿਆਂ ਨੂੰ ਦੇਖੂੰਗੇ। ਬਹੁਤ ਬਹੁਤ ਭਾਜੀ ਧੰਨਵਾਦ ਤੁਹਾਡਾ, ਮਤਲਬ ਆਪਣੇ ਰੇਡੀਓ ਥਰੂ ਸ਼ੇਅਰ ਕਰਵਾਇਆ ਮੇਰਾ, ਥੈਂਕ ਯੂ ਤੁਹਾਡਾ ਬਹੁਤ ਬਹੁਤ ਭਾਜੀ। ਬਾਕੀ ਗੋਡ ਬਲੈਸ ਸਾਰਿਆਂ ਨੂੰ, ਰੱਬ ਸਾਰਿਆਂ ਦਾ ਭਲਾ ਕਰੇ ਭਾਜੀ। ਤੁਸੀਂ ਪਿਛਲੇ ਕਲਿੱਪ ਵਿੱਚ ਦੇਖਿਆ, ਮੈਂ ਹੁਣੇ ਆਪਣਾ ਪੁਆਇੰਟ ਆਫ ਵਿਊ ਦੇ ਕੇ ਹਟਿਆ। ਉਹ ਯਾਰ ਇੱਦਾਂ ਹੈ, ਇੱਥੇ ਪ੍ਰੋਟੈਸਟ ਹੋ ਕੇ ਹਟੀ ਕਿ ਸਕੋਰ ਨਹੀਂ ਆ ਰਿਹਾ PNP ਦਾ ਹਨਾ, ਅਤੇ ਉਸ ਰਿਲੇਟਡ ਆਪਣਾ ਰੇਡੀਓ ਚੈਨਲ ਦੇ ਉੱਤੇ ਨਾ ਇਹਨਾਂ ਨੇ ਲਾਈਕ ਵਿਸ਼ਾ ਛੇੜ ਲਿਆ, ਅਤੇ ਮੈਂ ਆਪਣੇ ਵੀ ਪੁਆਇੰਟ ਦਿੱਤੇ, ਲੋਕ ਵੀ ਆਪਣੇ ਪੁਆਇੰਟ ਦਿੰਦੇ ਹਨਾ। ਅਤੇ ਚਲੋ ਮੈਂ ਕਿਹਾ ਆਪਾਂ ਆਪਣੇ ਵੀ ਦੇ ਦਈਏ। ਲੋਕਾਂ ਦੇ ਪੁਆਇੰਟ ਯਾਰ ਕਈਆਂ ਦੇ ਲਾਈਕ ਇੱਦਾਂ ਦੇ ਸੀਗੇ, ਬੜੇ ਲਾਈਕ ਨੈਗੇਟਿਵ ਜੇ ਕਹਿ ਸਕਦੇ ਆਪਾਂ, ਅਤੇ ਆਪਾਂ ਤਾਂ ਚਲੋ ਫਿਰ ਵੀ ਰਿਸਪੈਕਟ ਕਰਦੇ ਹਰ ਇੱਕ ਦੇ ਵਿਊ ਆਫ ਪੁਆਇੰਟ ਦੀ, ਪਰ ਨੈਗੇਟਿਵ ਪੁਆਇੰਟ ਆਪਾਂ ਮਤਲਬ ਨਾ ਰੱਖੀਏ, ਪੋਜ਼ਿਟਿਵ ਹੀ ਰੱਖੀਏ। ਬਾਕੀ ਜੋ ਰੱਬ ਕਰਦਾ ਵਧੀਆ ਹੀ ਕਰਦਾ ਆ, ਬਾਕੀ ਰੱਬ 'ਤੇ ਆਪਾਂ ਨੂੰ ਭਰੋਸਾ ਰੱਖਣਾ ਚਾਹੀਦਾ ਆ। ਸੋ ਹੁਣ ਬਿਲਕੁਲ ਡਨ ਆ ਆਪਣੀ ਗੱਡੀ ਦੀ ਸਰਵਿਸ, ਤੇ ਭਾਜੀ ਹੁਣਾਂ ਨੂੰ ਹਾਂਜੀ, ਤੇ ਹੁਣੇ ਮੈਂ ਗੱਡੀ ਦੀ ਸਰਵਿਸ ਕਰਾ ਕੇ ਜਸਟ ਨਿਕਲਿਆ ਉੱਥੋਂ, ਤੇ ਮੈਂ ਜਿਹੜਾ ਵੀ ਦੇਖ ਰਿਹਾ ਕੋਈ ਵਿਨੀਪੈਗ ਦੇ ਵਿੱਚ ਆ, ਤੇ ਵਿਨੀਪੈਗ ਦੇ ਵਿੱਚ ਇਨ ਐਂਡ ਆਊਟ ਆਟੋਸ ਭਾਜੀ ਕੋਲ ਜ਼ਰੂਰ ਆਓ। ਹੁਣ ਸਕਿੱਪ ਦੀ ਦੂਜੀ ਸ਼ਿਫਟ ਸਟਾਰਟ ਆ ਮੇਰੀ, ਸੋ ਹੋਪ ਸੋ ਆਈ ਵਿਲ ਵਰਕ ਔਨ ਦੈਟ, ਤੇ ਵਧੀਆ ਸ਼ਿਫਟ ਜਾਊਗੀ ਐਟ ਦ ਐਂਡ ਆਫ ਦ ਡੇ। ਦੇਖੋ ਹਾਲੇ ਕੋਈ ਪਲਾਨ ਨਹੀਂ ਆ ਕੀ ਬਣਦਾ ਕੀ ਨਹੀਂ। ਸਕਿੱਪ ਤਾਂ ਚਲੋ ਬਿਜ਼ੀ ਚੱਲ ਨਹੀਂ ਰਹੀ ਸੀਗੀ, ਮੈਂ ਕੀ ਕੀਤਾ ਮੰਗਾ ਚਲੋ ਮੌਲ ਦੇ ਵਿੱਚ ਗੇੜਾ ਮਾਰ ਕੇ ਆਈਏ, ਅਤੇ ਬਸ ਪਏ ਅਸੀਂ ਦੇਰ ਨਹੀਂ ਲਾਈ ਮਿੰਟ, ਸੋ ਐਂ ਹੋਇਆ ਮਿੰਟ ਲੱਗੇ ਪੂਰੇ ਤਕਰੀਬਨ 17, ਅਤੇ ਆਪਾਂ ਵੀ ਪਹੁੰਚ ਪਹੁੰਚ ਕੇ ਮੌਲ 'ਤੇ ਹੁਣ ਇੱਥੇ ਦੇਖਦੇ ਹਾਂ, ਮੈਂ ਵੀ ਵਿੰਡੋ ਸ਼ੋਪਿੰਗ ਜਿਹਨੂੰ ਆਪਾਂ ਕਹਿੰਦੇ ਹਾਂ ਆਪਾਂ ਉਹ ਕਰ ਲਾਂਗੇ, ਜਾਂ ਕੁਛ ਹੋਰ ਵਿਹਲੀਆਂ ਮਾਰ ਲਾਂਗੇ, ਅਤੇ ਦੇਖਦੇ ਹੁਣ H&M ਚੱਲੇ ਸੀਗੇ ਅਤੇ ਉੱਥੇ ਜਾ ਕੇ ਦਿਖਾਉਂਦੇ ਕੀ ਸਿਸਟਮ ਆ ਕੀ ਨਹੀਂ ਹੈਗਾ। ਚੱਕਰ ਬੜਾ ਪੈ ਜਾਂਦਾ ਹੁੰਦਾ ਉਦੋਂ ਜਦੋਂ, ਇੱਕ ਮਿੰਟ ਪਰੇ ਹੋਈ ਜਰਾ ਮੈਨੂੰ ਦਿਖਾ ਲੈਂਦੇ ਉਹ ਭਰਾਵਾ ਆਪਣੀ ਤਾਂ ਲੁੱਕਾ ਠੀਕ ਆ। ਆਹ ਜਿਹੜੀ ਜੈਕਟ ਮੈਂ ਪਾਈ ਹੋਈ ਹੈ ਨਾ ਇਸ ਟਾਈਮ, ਇਹ ਦਰਅਸਲ ਜੈਕਟ ਯਾਰ ਇਹ ਲੈਣੀ ਚਾਹੁੰਦੇ ਨਹੀਂ ਆ, ਪਰ ਇਹ ਜੀ ਕਰਾ ਰਹੀ ਕਿ ਲਓ ਮੈਨੂੰ ਯਾਰ। ਵੈਸੇ ਤੁਸੀਂ ਦੱਸੋ ਵਧੀਆ ਲੱਗ ਰਹੀ ਹੈ ਕਿ ਨਹੀਂ? ਹਾਂ ਵੀ ਸ਼ੇਖਪੁਰ ਜਲ ਸ਼ਰਮਾ ਦਾ ਪੂਰਾ ਵੱਡਾ ਫੈਨ। ਹੁਣ ਆਪਾਂ ਫੂਡ ਕੋਰਟ ਦੇ ਵਿੱਚ ਖਾ ਪੀ ਕੇ ਬਸ ਬੈਠ ਗਏ ਹਾਂ। ਦੂਜੀ ਸੀਟ ਆਪਣੀ ਉਹਨੇ ਮਲੱਕੀ ਹੋਈ ਆ ਆਪਣੇ H&M ਤੋਂ ਜੋ ਵੀ ਲਿਆ ਆ, ਅਤੇ ਇਸ ਤੋਂ ਬਾਅਦ ਹੁਣ ਬਸ ਮੇ ਬੀ ਇੱਥੋਂ ਆਪਾਂ ਐਂਡ ਕਰ ਦੇਣਾ ਵਲੌਗ। ਸੋ ਲੋ ਵੀ ਦੋਸਤੋ, ਆਪਾਂ ਸ਼ੋਪਿੰਗ ਵਗੈਰਾ ਕਰਕੇ ਮਾੜੀ ਜੀ H&M ਤੋਂ ਆ ਚੁੱਕੇ ਹਾਂ। ਦੇਖੋ ਆਹ ਥੋੜ੍ਹਾ ਸਮਾਨ ਜਿਹਾ ਲਿਆਂਦਾ, ਬਾਕੀ ਐਂਡ ਆਪਾਂ ਕਰਦੇ ਹਾਂ ਇਸ ਵਲੌਗ ਦਾ। ਉਮੀਦ ਕਰਦੇ ਤੁਹਾਨੂੰ ਬਹੁਤ ਪਸੰਦ ਆਊਗਾ, ਆਪਣੇ ਵੱਲੋਂ ਤਾਂ ਚਲੋ ਆਪਾਂ ਬਣਾ ਛੱਡਿਆ, ਅਤੇ ਯਾਰ ਉਹ ਚਾਬੀ ਕੱਢਣੀ ਆਪਾਂ ਤਾਂ ਮੈਂ ਕਿ ਆਪਣੀ ਉਮੀਦ ਦੇ ਅਕੋਰਡਿੰਗ ਬਣਾਤਾ, ਬਾਕੀ ਤੁਸੀਂ ਭਾਗ ਲਾਉਣੇ ਆ। ਅਤੇ ਠੀਕ ਹੈ, ਤੁਹਾਨੂੰ ਮਿਲਦੇ ਹਾਂ ਜੀ ਅਗਲੇ ਵਲੌਗ ਦੇ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਪਿਆਰ ਭਰੀ।